ਅੱਗੇ ਵਧਦੇ ਅਗਲੀ ਖਬਰ ਅੰਮ੍ਰਿਤਸਰ ਤੋਂ ਲਵਾਂਗੇ। ਅੰਮ੍ਰਿਤਸਰ ਤੋਂ ਪੁਲਿਸ ਮੁਲਾਜ਼ਮ ਤੇ ਗੋਲੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਅੰਮ੍ਰਿਤਸਰ ਦੇ ਪੁਤਲੀ ਘਰ ਵਿੱਚ ਦੋ ਧਿਰਾਂ ਦੇ ਵਿਚਾਲੇ ਹੋਏ ਝਗੜੇ ਨੂੰ ਸ਼ਾਂਤ ਕਰਵਾਉਣ ਦਾ ਖਮਿਆਜ਼ਾ ਪੁਲਿਸ ਮੁਲਾਜ਼ਮ ਨੂੰ ਭੁਗਤਣਾ ਪਿਆ। ਅੰਮ੍ਰਿਤਸਰ 'ਚ ਦੋ ਧਿਰਾਂ ਦੇ ਵਿਚਾਲੇ ਹੋ ਰਹੇ ਝਗੜੇ ਨੂੰ ਸ਼ਾਂਤ ਕਰਵਾਉਣਾ ਇੱਕ ਪੁਲਿਸ ਮੁਲਾਜ਼ਮ ਨੂੰ ਭਾਰੀ ਪੈ ਗਿਆ। ਪੁਤਲੀ ਘਰ ਦੇ ਨੇੜੇ ਦੋ ਕਾਰਾਂ ਦੀ ਮਾਮੂਲੀ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਨੋਂ ਧਿਰਾਂ ਆਪਸ ਦੇ ਵਿੱਚ ਉਲਝ ਗਈਆਂ। ਰਵਿੰਦਰਜੀਤ ਸਿੰਘ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਜੋ ਇੱਕ ਧਿਰ ਦੇ ਲੋਕਾਂ ਨੂੰ ਇਸ ਕਦਰ ਨਾਗਵਾਰ ਗੁਜ਼ਰੀ ਕਿ ਖਾਕੀ ਵਾਲੇ ਤੇ ਹੀ ਗੋਲੀ ਚਲਾ ਦਿੱਤੀ ਗਈ। ਜ਼ਖਮੀ ਪੁਲਿਸ ਮੁਲਾਜ਼ਮ ਦੇ ਭਰਾ ਦਾ ਇਲਜ਼ਾਮ ਹੈ ਕਿ ਪੁਲਿਸ ਦੀ PCR ਘਟਨਾ ਵਾਲੀ ਥਾਂ ਤੋਂ ਲੰਘੀ ਪਰ ਕੋਈ ਦਖਲ ਨਹੀਂ ਦਿੱਤਾ। ਉਹਨਾਂ ਦੀ ਗੱਡੀਆਂ ਆਪਸ 'ਚ ਉੱਥੇ ਥੋੜ੍ਹੀ ਵਾਲੀ ਸਾਈਡ ਲੱਗ ਗਈ ਆ ਅਤੇ ਇੰਨੇ ਤੋਂ ਲੜ ਰਹੇ ਸੀ ਅਤੇ ਇਹ ਲਾਗੇ ਛਡਾ ਰਹੇ ਸੀ, ਹੋਰ ਵੀ ਪਬਲਿਕ ਛਡਾ ਰਹੀ ਸੀ, ਇਹ ਵੀ ਛਡਾ ਰਿਹਾ ਸੀਗਾ ਅਤੇ PCR ਵਾਲੇ ਨੰਗਲ ਰਹੇ ਸੀ ਅਤੇ ਇਹਨਾਂ ਦੀ ਲੜਾਈ ਖਤਮ ਹੋ ਗਈ। ਉਹ ਰੁਕੇ ਹੀ ਨਹੀਂ ਇਹਨਾਂ ਕੋਲ, ਅੱਗੇ ਜਾ ਕੇ ਉਹਨਾਂ ਨੇ ਖਿਲਾਰ ਲਿਆ ਅਤੇ ਲੜਾਈ ਇਹਨਾਂ ਦੀ ਫਿਰ ਸ਼ੁਰੂ ਹੋ ਗਈ। ਦੋ ਵੈਪਨ ਸੀ ਉਹਨਾਂ ਕੋਲ, ਦੋਵਾਂ 'ਚੋਂ ਇੱਕ 'ਚੋਂ ਇੱਕ ਫਾਇਰ ਕੀਤਾ ਉਹਨਾਂ ਨੇ, ਇੱਕ 'ਚੋਂ ਦੋ ਫਾਇਰ ਕੀਤੇ, ਇੱਕ ਫਾਇਰ ਇਹਦੇ ਲੱਗ ਗਿਆ ਵਾ। PCR ਨੇ ਤਾਂ ਉੱਥੋਂ ਬਿਲਕੁਲ ਵੀ ਐਵੇਂ ਇੱਕ ਬੁੱਤ ਬਣ ਕੇ ਖਲੋ ਕੇ ਦੇਖਦੇ ਰਹੇ ਨੇ। ਜਦੋਂ ਗੋਲੀ ਚੱਲੀ ਆ ਤਾਂ ਫਿਰ ਉੱਥੋਂ ਵੀ ਭੱਜ ਗਏ ਨੇ, ਦੌੜ ਗਏ ਨੇ, ਪੁਲਿਸ ਨੇ ਤਾਂ ਕੋਈ ਡਿਊਟੀ ਨਹੀਂ ਨਿਭਾਈ। ਉਧਰ ਪੁਲਿਸ ਨੇ ਫਾਇਰਿੰਗ ਦੀ ਤਸਦੀਕ ਕੀਤੀ ਹੈ ਅਤੇ ਮਾਮਲੇ ਦੀ ਤਫਤੀਸ਼ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਲੜਾਈ ਝਗੜਾ ਹੋਈ ਸੀ ਉੱਥੇ ਗੋਲੀ ਚੱਲੀ, ਅਸੀਂ ਮੌਕੇ ਪਰ ਆ ਕੇ ਤਸਦੀਕ ਕਰਾਏ ਹਾਂ। ਫਿਲਹਾਲ ਰਵਿੰਦਰਜੀਤ ਪੁੰਡਾ ਹੈ, ਕਾਂਸਟੇਬਲ ਹੈ ਹਮਾਰਾ, ਉਹਨਾਂ ਨੂੰ ਗੋਲੀ ਲੱਗੀ ਹੈ, ਜਿਹਦੇ 'ਤੇ ਪ੍ਰਕਾਸ਼ ਹਾਸਪਿਟਲ ਵਿੱਚ ਦਾਖਲ ਹੈ। ਬਾਕੀ ਉਹਨਾਂ ਦਾ ਨਾਲ ਆਏ ਬੰਦਾ ਉਹਨਾਂ ਦਾ ਸਟੇਟਮੈਂਟ ਰਿਕਾਰਡ ਕਰਕੇ ਆ ਕੇ ਤਫਤੀਸ਼ ਕਰੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਪਣੇ ਹੀ ਮੁਲਾਜ਼ਮ ਨਾਲ ਜੁੜੇ ਮਾਮਲੇ ਵਿੱਚ ਵੀ ਪੁਲਿਸ PCR ਦੇ ਮੁਲਾਜ਼ਮ ਸੰਜੀਦਾ ਨਜ਼ਰ ਨਹੀਂ ਆਏ। ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ।